ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਜਿੱਥੇ ਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹੈ ਕਿ ਹਸਪਤਾਲਾਂ ਵਿੱਚ ਫ੍ਰੀ ਦਵਾਈਆਂ ਮਿਲਣ ਅਤੇ ਜਿਹੜੇ ਡਾਕਟਰ ਹੈਗੇ ਉਹ ਚੰਗੀ ਕੇਅਰ ਕਰਨ ਪਰ ਨਾ ਤਾਂ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਿਲ ਰਿਹਾ ਅਤੇ ਨਾ ਜਿਹੜੀਆਂ 108 ਐਂਬੂਲੈਂਸਾਂ ਇਹਨਾਂ ਵੱਲੋਂ ਉਪਲਬਧ ਕਰਾਈਆਂ ਗਈਆਂ ਉਹਨਾਂ ਵਿੱਚ ਵੀ ਕੁਝ ਹੈਗਾ ਤੁਹਾਨੂੰ ਦਿਖਾ ਰਿਹਾ ਕਿ ਬਿਲਕੁਲ ਇਹ ਖੰਡਰ ਜਿਹੜੀਆਂ ਹੋਈਆਂ ਪਈਆਂ ਹੈਗੀਆਂ ਜੇ ਦਿਖਾ ਦਈਏ ਕਿ ਇਹ ਐਂਬੂਲੈਂਸਾਂ ਜਿਹੜੀਆਂ ਇਹ ਬਿਲਕੁਲ ਖੰਡਰ ਹੋ ਗਈਆਂ ਪਈਆਂ ਇਹਨਾਂ ਦੀਆਂ ਚਾਸੀਆਂ ਤੱਕ ਵੈਲਡ ਕੀਤੀਆਂ ਹੋਈਆਂ ਹੈ ਅਤੇ ਇਹਨਾਂ ਵਿੱਚ ਜਿਹੜੇ ਸਟੈਚਰ ਆ ਉਹ ਵੀ ਟੁੱਟ ਗਏ ਕਿ ਇੱਕ ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਬੈਠ ਕੇ ਆਉਣਾ ਪੈਂਦਾ ਹੈਗਾ ਉਹ ਪੈਣ ਜੋਗੇ ਨਹੀਂ ਹੁੰਦੇ ਵਿੱਚ ਕਿਉਂਕਿ ਸਟੈਚਰ ਟੁੱਟੀ ਹੁੰਦੀ ਹੈਗੀ ਅਤੇ ਮਰੀਜ਼ ਆ ਜਿਹੜਾ ਵਿੱਚ ਹੀ ਲੁੱਟ ਕੇ ਜਾਂਦਾ ਹੈਗਾ ਇਸ ਕਰਕੇ ਮਰੀਜ਼ ਨੂੰ ਕਿਵੇਂ ਨਾ ਕਿਵੇਂ ਬਹਾ ਕੇ ਲਿਆਉਣਾ ਪੈਂਦਾ ਹੈ ਇਹਦੇ ਵਿੱਚ ਨਾ ਹੀ ਜਿਹੜਾ ਪੱਖਾ ਕੋਈ ਅਤੇ ਨਾ ਹੀ ਏਸੀ ਚੱਲਦਾ ਹੈਗਾ ਅਤੇ ਇਹਦੇ ਵਿੱਚ ਜਿਹੜੇ ਸਿਲੰਡਰ ਹੈਗੇ ਆਕਸੀਜਨ ਸਿਲੰਡਰ ਹੈ ਜਿਹੜੇ ਵੱਡੇ ਦੋ ਸਿਲੰਡਰ ਹੁੰਦੇ ਆ ਉਹਨਾਂ ਦੀ ਥਾਂ 'ਤੇ ਵੀ ਇਹਨਾਂ ਨੇ ਦੱਸਿਆ ਕਿ ਇੱਕੋ ਹੀ ਸਿਲੰਡਰ ਹੈਗਾ ਅਤੇ ਜਿਹੜੇ ਪੋਰਟੇਬਲ ਸਿਲੰਡਰ ਹੁੰਦੇ ਹੈਗੇ ਯਾਨੀ ਕਿ ਕਿਸੇ ਮਰੀਜ਼ ਨੂੰ ਸਟੈਚਰ 'ਤੇ ਪਾ ਕੇ ਕੁਝ ਦੂਰ ਤੱਕ ਜਾਣਾ ਹੋਵੇ ਤਾਂ ਉਹ ਸਿਲੰਡਰ ਲਾਉਣਾ ਪੈਂਦਾ ਕਈ ਵਾਰੀ ਐਮਰਜੈਂਸੀ 'ਚ ਉਹ ਸਿਲੰਡਰ ਵੀ ਕਈ ਸਾਲਾਂ ਤੋਂ ਉਹਦੇ 'ਚ ਜਿਹੜੇ ਫਿਲ ਨਹੀਂ ਕਰਾਏ ਗਏ ਯਾਨੀ ਕਿ ਭਰਾਏ ਨਹੀਂ ਗਏ ਉਹ ਵੀ ਖਾਲੀ ਪਏ ਗਏ ਅਤੇ ਜਿਹੜੀ ਇੱਕ ਬਿਲਕੁਲ ਖੰਡਰ ਹੋਈ ਪਈ ਹੈਗੀ ਇੱਕ ਮਰੀਜ਼ ਨੇ ਹੁਣ ਦੱਸਿਆ ਕਿ ਉਹ ਮਰੀਜ਼ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਸੀ ਜਦ ਉਸ ਨੂੰ ਲੈ ਕੇ ਆ ਰਹੇ ਸਨ ਤਾਂ ਇਸ ਐਂਬੂਲੈਂਸ ਦੀ ਜਿਹੜੀ ਉਹ ਬਾਰੀ ਖੁੱਲ੍ਹ ਗਈ ਕੁਦਰਤੀ ਉਸਦਾ ਹੱਥ ਸੀਗਾ ਜਿਹੜਾ ਮਰੀਜ਼ ਦੇ ਨਾਲ ਬਾਰਸ ਆਇਆ ਸੀ ਉਹਨੇ ਨਾਲ ਦੇ ਨਾਲ ਉਹ ਬਾਰੀ ਬੰਦ ਕੀਤੀ ਨਹੀਂ ਤਾਂ ਹੋ ਸਕਦਾ ਕਈ ਵਾਰੀ ਕੋਈ ਮਰੀਜ਼ ਜਾਂ ਕੋਈ ਵਿਅਕਤੀ ਢੂਹੀ ਲਾ ਕੇ ਬੈਠਾ ਹੁੰਦਾ ਤਾਂ ਉਹ ਕਿਸੇ ਸਮੇਂ ਵੀ ਡਿੱਗ ਸਕਦਾ ਇਹ ਬਿਲਕੁਲ ਖੰਡਰ ਹੋ ਗਈਆਂ ਪਈਆਂ ਅਤੇ ਥਾਂ ਥਾਂ ਤੋਂ ਗਲੀਆਂ ਪਈਆਂ ਹੈਗੀਆਂ ਪਰ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਜਿਹੜੇ ਪੰਜਾਬ ਵਾਸੀਆਂ ਨੂੰ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਦੇਵਾਂਗੇ ਪਰ ਜਿਹੜੇ ਐਂਬੂਲੈਂਸ ਹੈਗਾ ਇਹਨਾਂ ਦਾ 108 ਐਂਬੂਲੈਂਸ ਦਾ ਬੁਰਾ ਹਾਲ ਹੈ ਕਿਤੇ ਵੀ ਇਹ ਰਾਜ ਖੜ ਸਕਦੀ ਹੈ ਅਤੇ ਕੋਈ ਵੀ ਨੁਕਸਾਨ ਹੋ ਜਾ ਸਕਦਾ ਇਹਦੇ 'ਚ ਮੈਡੀਸਨ ਕਿੱਟਾਂ ਜਿਹੜੀਆਂ ਉਹ ਵੀ ਹੈ ਨਹੀਂ ਡਿਲੀਵਰੀ ਕਿੱਟ ਹੈ ਜਿਹੜੀ ਉਹ ਜ਼ਰੂਰੀ ਹੈਗੀ ਕਦੋਂ ਕਿਸੇ ਵਾਸਤੇ ਵੀ ਕਦੋਂ ਵੀ ਲੋੜ ਪੈ ਸਕਦੀ ਹੈਗੀ ਪਰ ਉਹ ਬਿਲਕੁਲ ਇਹਨਾਂ ਕੋਲ ਨਹੀਂ ਇਹਨਾਂ ਦਾ ਕਹਿਣ ਹੈਗਾ ਡਰਾਈਵਰਾਂ ਨੇ ਜੇ ਐਮਟੀ ਨੇ ਕਿਹਾ ਕਿ ਜਦ ਅਸੀਂ ਕਹਿੰਦੇ ਤਾਂ ਉਹ ਕਹਿੰਦੇ ਵੀ ਜਦ ਤੁਹਾਨੂੰ ਲੋੜ ਪਈ ਅਸੀਂ ਉਦੋਂ ਦੇਵਾਂਗੇ ਕਿ ਐਂਬੂਲੈਂਸ 'ਚ ਜਦੋਂ ਜਾ ਰਹੀ ਹੈਗੀ ਉਸ ਟਾਈਮ ਇਹ ਉਪਲਬਧ ਕਰਾਉਣਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ ਮੇਰਾ ਨਾਮ ਅਮਨਦੀਪ ਸਿੰਘ ਜੀ ਕੀ ਕੰਮ ਕਰਦਾ ਮੈਂ 108 ਐਂਬੂਲੈਂਸ ਦੇ ਵਿੱਚ EMT ਦੇ ਤੌਰ 'ਤੇ ਕੰਮ ਕਰਦਾ ਅਤੇ ਦੇਖਣ ਨੂੰ ਮਿਲੇਗਾ ਵੀ ਕਾਫੀ ਇਹਦੇ 'ਚ ਕਮੀਆਂ ਪਈਆਂ ਜਾ ਰਹੀਆਂ ਐਂਬੂਲੈਂਸ 'ਚ ਕੀ ਕਮੀਆਂ ਬਿਲਕੁਲ ਜੀ ਤੁਹਾਨੂੰ ਪਤਾ ਹੀ ਹੈ ਜੀ ਸਰ ਅਸੀਂ ਪਿਛਲੇ ਟਾਈਮ 'ਚ ਵੀ ਜਿਹੜੀਆਂ ਸਟ੍ਰਾਈਕਾਂ ਕਰਦੇ ਰਹੇ ਹਾਂ ਹੜਤਾਲਾਂ ਕਰਦੇ ਰਹੇ ਹਾਂ ਉਹਦੇ ਦੌਰਾਨ ਸਰਕਾਰਾਂ ਨੇ ਸਾਡੀ ਕਦੇ ਵੀ ਬਾਂਹ ਨਹੀਂ ਫੜੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਦੋਂ ਤੋਂ ਜਿਹੜੇ ਕਰਪਟ ਮਹਿਕਮੇ ਜਾਂ ਜਿਹੜੇ ਭ੍ਰਿਸ਼ਟਾਚਾਰ ਕਰਦੀਆਂ ਕੰਪਨੀਆਂ ਠੇਕੇਦਾਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉਸ ਦੇ ਮੱਦੇਨਜ਼ਰ ਆਪਣੇ ਦਿਨੇਸ਼ ਚੱਡਾ MLA ਨੇ ਜੀ ਰੋਪੜ ਤੋਂ ਜੀ ਉਹਨਾਂ ਨੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਸੀ ਵੀ ਜਿਹੜੀ 108 ਐਂਬੂਲੈਂਸ ਹੈ ਇਹਦੇ ਵਿੱਚ ਕਤਾਹੀ ਵੱਡੇ ਪੱਧਰ 'ਤੇ ਹੋ ਰਹੀ ਹੈ ਉਹਨਾਂ ਨੇ ਵੱਖ ਵੱਖ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀ ਵੀ 2-3 ਦਿਨਾਂ ਦੇ ਵਿੱਚ ਜਿਹੜੀ ਰਿਪੋਰਟ ਹੈ ਇਹ ਮੈਨੂੰ ਕਲੀਅਰ ਕਰਕੇ ਦਿਓ ਵੀ ਇਹਦੇ ਵਿੱਚ ਮੈਡੀਸਨ ਜਾਂ ਇਹਦੇ ਮੁਲਾਜ਼ਮ ਹੈ ਕਿੰਨੇ ਮੁਲਾਜ਼ਮ ਹੈ ਕਿੰਨੀ ਤਨਖਾਹ 'ਤੇ ਕੰਮ ਕਰਦੇ ਆ ਕਿੱਦਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਕੀ ਕਰਦੇ ਆ ਇਹ ਤਾਂ ਉਹਦੇ ਸੰਬੰਧ 'ਚ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਜ਼ਰੂਰ 2-3 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਮੰਗੀ ਸੀਗੀ DMC ਨੂੰ ਜਾਂ ਸਿਵਲ ਸਰਜਨ ਨੂੰ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਦੀ ਆਡਿਟ ਕਰਕੇ ਸਾਨੂੰ ਰਿਪੋਰਟ ਦਿੱਤੀ ਜਾਵੇ ਹੁਣ ਕੰਪਨੀ ਨੇ ਕੀ ਕੀਤਾ ਜੀ 2 ਦਿਨਾਂ ਤੋਂ ਫਤਿਹਗੜ੍ਹ ਸਾਹਿਬ ਤੋਂ ਗੱਡੀ ਟਾਇਰ ਪਾਉਣ ਬਠਿੰਡੇ ਆਉਂਦੀ ਹੈ ਜਿਹੜੀਆਂ ਗੱਡੀਆਂ ਦਾ ਮੰਨ ਲਓ 7-7 ਮਹੀਨਿਆਂ ਤੋਂ ਕੋਈ ਮੈਡੀਸਨ ਨਹੀਂ ਸੀਗੀ 2-2 ਸਾਲਾਂ ਤੋਂ ਮੈਡੀਸਨ ਨਹੀਂ ਸੀ ਉਹ ਕੱਲ੍ਹ ਦੀਆਂ ਪ੍ਰੋਵਾਈਡ ਕਰਾ ਰਹੇ ਆ ਜਾਂ ਪਰਸੋਂ ਦੀਆਂ ਇਹ ਡਿਲੀਵਰੀ ਕਿੱਟ ਤੁਹਾਨੂੰ ਦੱਸਦੇ ਜੀ ਸਭ ਤੋਂ ਅਹਿਮ ਹੁੰਦੀ ਹੈ ਚਲੋ ਹੋਰ ਮੈਡੀਸਨ ਹੈ ਕਈ ਵਾਰੀ ਉਹ ਚੱਲ ਜਾਂਦੀ ਹੈ ਪਰ ਡਿਲੀਵਰੀ ਕਿੱਟ ਸਾਨੂੰ ਹਰ ਸਮੇਂ ਇਹਦੇ ਵਿੱਚ ਮੌਜੂਦ ਚਾਹੀਦੀ ਹੈ ਉਹ ਗੱਡੀ ਤੁਸੀਂ ਪਿੱਛੇ ਦੇਖਦੇ ਹੋ ਨਵੀਂ ਗੱਡੀ ਹੈ ਬਿਲਕੁਲ ਨਵੀਂ ਗੱਡੀ ਦੇ ਵਿੱਚ ਪਿਛਲੇ 6-7 ਮਹੀਨਿਆਂ ਤੋਂ ਜਿਹੜੀ ਡਿਲੀਵਰੀ ਕਿੱਟ ਮੌਜੂਦ ਨਹੀਂ ਅਤੇ ਇਹੋ ਜਿਹੀਆਂ ਗੱਡੀਆਂ ਸਾਰੇ ਪੰਜਾਬ 'ਚ 70% ਦੇ ਕਰੀਬ ਜਿਨ੍ਹਾਂ ਦੇ ਵਿੱਚ ਪ੍ਰੋਪਰ ਮੈਡੀਸਨ ਨਹੀਂ ਹੈਗੀ ਜਾਂ 10-20% ਮੈਡੀਸਨ ਹੈ ਹੁਣ ਅੱਜ ਦੀ ਤਾਜ਼ੀ ਘਟਨਾ ਕੀ ਹੈ ਜੀ ਰਾਮੇ ਗੱਡੀ ਤਲਵੰਡੀ ਸਾਬੋ ਵਾਲੀ ਆਡਿਟ ਹੋਈ ਉਹ ਗੱਡੀ ਨਵੀਂ ਹੈ ਪਿੱਛੇ ਜੇ ਇਹਨਾਂ ਨੇ ਨਵੀਆਂ ਗੱਡੀਆਂ ਦਿੱਤੀਆਂ ਸੀ ਉਹਦੇ ਵਿੱਚ ਮੈਡੀਸਨ ਜਿਹੜੀ ਨਹੀਂ ਹੈਗੀ ਤਾਂ ਉਹ ਸਾਡੇ ਜਿਹੜੇ CLR ਰਮੇਸ਼ਵਰ ਦਿਆਲ ਹੈ ਬਠਿੰਡੇ ਦੇ ਇੰਚਾਰਜ ਹੈ ਉਹ ਆਡਿਟ ਕਰਾਉਣ ਗਏ ਅਤੇ ਉੱਥੋਂ ਦੇ ਡਾਕਟਰ ਸਾਹਿਬ ਆ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਆਡਿਟ ਕਰਨ ਲਈ ਤਾਂ ਉਹਨਾਂ ਨੇ ਦੇਖਿਆ ਵੀ ਆਹ ਮੈਡੀਸਨ ਹੈ ਨਹੀਂ ਆਹ ਮੈਡੀਸਨ ਹੈ ਨਹੀਂ ਤਾਂ ਉਹਨਾਂ ਨੇ ਕੀ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਨੂੰ ਕਹਿੰਦੇ ਤੁਸੀਂ ਬੋਲੋ ਨਾ ਮੈਂ ਆਪਣੇ ਆਪ ਨੋਟ ਕਰਾਊਂਗਾ ਉਹ ਕਹਿੰਦਾ ਸਰ ਜਿਹੜੀਆਂ ਮੰਨ ਲਓ ਤਕਰੀਬਨ ਕੋਈ ਦਵਾਈ ਹੈ ਨਹੀਂ ਤਾਂ ਮੈਂ ਨੋਟ ਤਾਂ ਕਰਾਊਂਗੀ ਅਤੇ ਉਹਨਾਂ ਨੇ ਆਡਿਟ ਸ਼ੀਟ ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ ਸਰ ਉਹਨਾਂ ਨੇ ਵੀਡੀਓ ਬਣਾਈ ਆ ਆਡਿਟ ਸ਼ੀਟ ਜਿਹੜੀ ਸੀਗੀ ਉਹ ਪਾੜ ਦਿੱਤੀ ਆ ਕਹਿੰਦੇ ਅਸੀਂ ਕੱਲ੍ਹ ਜਾਂ ਪਰਸੋਂ ਆਡਿਟ ਕਰਾਵਾਂਗੇ ਤਾਂ ਕਿ ਉਹਦੇ ਵਿੱਚ ਮੈਡੀਸਨ ਜਿਹੜੀ ਹੈ ਨਹੀਂ ਤਾਂ ਅਸੀਂ ਪ੍ਰੋਵਾਈਡ ਕਰਵਾ ਦਈਏ ਜੇ ਤਾਂ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਜਿਹੜੀ ਕੋਈ ਮੈਡੀਸਨ ਹੈ ਜਿਹੜੇ ਹਸਪਤਾਲਾਂ 'ਚ ਉਹ ਵੀ ਸਾਰੀ ਇੱਥੇ ਉਪਲਬਧ ਹੋਊਗੀ ਅਤੇ ਤੁਹਾਡੇ ਐਂਬੂਲੈਂਸ 'ਚ ਇਹ ਕੁਛ ਵੀ ਨਹੀਂ ਪਾਇਆ ਬਿਲਕੁਲ ਜੀ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ
तुहानू पता ही है जी, जिहड़ियां पिछलियां सरकारां उन्होंने कदे भी किसी भी महकमे की मेरे हिसाब नाल नहीं बांह फड़ी, ते ताइयों वख-वख हड़तालां जिहड़ियां काफ़ी लंबे समय तो चलदियां आ रही। हुण जिहड़े अधिकारी है साढ़े 108 दे जिहड़े उपर अधिकारी है, वह वख-वख MLAs जां मंत्रियों तक पहुँच कर रहे हैं भी किसी ना किसी तरीके नाल जिहड़ा मुद्दा ठंडा किया जाए। पर असीं भगवंत मान साहब मुख्यमंत्री पंजाब नूं मुबारकबाद दिंदे आ भी तुहाडी जिहड़ी सरकार आ ईमानदार होण दे ईमानदार चलन दे नाल ताइयों वह इन्हां नाल कोई सैटलमेंट नहीं कर सके। ये वख-वख MLAs नूं मिल चुके हैं भी इह किसी ना किसी तरह मुद्दा इह ठंडा किया जाए। साडी बेनती है मुख्यमंत्री साहब नूं ते अपने जिन्ने भी MLAs जां सेहत मंत्री, सानू चाहे 5000 दे दो तनखाह, असीं तुहानूं नहीं मंगदे, पर साथों इस लोटू कंपनी तो खेड़ा छड़ाया जाए साडा सिलेंडर। जिवें एंबूलेंस आउंदी हैगी उह एविडेंस दे मरीज़ लै के आउंदी, उन्हां वास्ते ऑक्सीजन की जरूरत होंदी है, तुहाडे कोल की चीज़ां उपलब्ध है इहदे वास्ते? जी बिल्कुल जी, ये च दो सिलेंडर बड़े जिहड़े जंबो सिलेंडर बोले जांदे आ, उह हुंदे इक पोर्टेबल सिलेंडर हुंदा छोटा सिलेंडर, जे असीं हस्पताल च एंबूलेंस तों अद्धे किलोमीटर तक किसी पेशेंट नूं स्ट्रैचर ते लेके जाना तो एंबूलेंस वो प्रोवाइड हुंदा नाल, वो घट्टो घट्ट मैनूं लगदा जदों दी आई एंबूलेंस एक दो बारी इन्हां ने फिल कराया, उस तो बाद वो बिल्कुल खाली है। तो एक सिलेंडर हुण कई गड्डियां च एक सिलेंडर है जिहड़ी ऑक्सीजन भरांदे आ, उहदे विच एक पाइप चालू है जिहड़ा आपां ऑक्सीजन मास्क हुंदा जिहदे नाल ऑक्सीजन पेशेंट ताईं प्रॉपर जांदी है, वो किसी गड्डी च है नहीं, किसी च दो है, किसी च बिल्कुल ही है नहीं। इस तरह जिहड़ियां मेडिसिन थर्मामीटर सानूं जरूरी है, BP अपडेट्स जरूरी है, उहनां दे सैल इह कल जाके गड्डियां ते प्रोवाइड कराया, इन्हां ने सैल 10 रुपयां दी चीज़ है सर। हुण जिवें कोई एक्सीडेंट हो जाता तुसीं चक्क लैंदे, फिर उन्हां नूं की सहूलत दे, किस तरह की सहूलत होंदी है? बस जी असीं तां अरदास ही करते हुंदे आ कि रब आसरे पेशेंट आ जिहड़ा वह हॉस्पिटल पहुँच जाए। जे असीं कहीए भी मेडिसिन दे तौर ते असीं उहनूं हस्पताल जिवें PGI जांदे आ जां फरीदकोट आ, तां उह साडा कहना इत्थे गलत होवेगा, क्योंकि इहदे विच प्रॉपर सहूलतां जिहड़ियां गवर्नमेंट वल्लों दित्तियां जांदियां उह इह कंपनी प्रोवाइड नहीं करा रही। मेरा नाम हर्षदीप सिंह है। केड़ा पिंड है? जंडा वाला जी। अज इत्थे सिविल हॉस्पिटल जाए किवें आए सी? किवें एंबूलेंस बुलाई सी जी गोने ने। की कारण? वह मेरी वाइफ नूं इत्थे डिस्चार्ज किया सी जी। अच्छा, फिर की एंबूलेंस च की कुछ सी, पखे जाए सी जां कुछ चलदा? नहीं नहीं कुछ नहीं चलदा जी, गर्मी च आए जी, बुरा हाल हो गया जी। पखे तो चलते होणगे? नहीं चलते सी जी। तो फिर किवें आए? मरीज भी साडा तां बह के आए ही आ। क्यों? स्ट्रैचर टुट्टा बई, वह बैठ पिया तो जाते ही नहीं सी, वह तो बह के आना पिया। ਤੇ ਇਹਦੇ ਚੋਂ ਕੋਈ ਗੈਸ ਸਿਲੰਡਰ ਜਾਂ ਹੋਰ ਸੀਗਾ ਕੁਛ? ਨਾ ਜੀ ਕੁਛ ਨਹੀਂ ਸੀਗਾ ਜੀ। ਤੇ ਜਾਂ ਕੋਈ ਦਵਾਈਆਂ ਦਵਾਈਆਂ? ਨਾ ਕੁਛ ਨਹੀਂ ਸੀਗਾ ਜੀ। ਤੇ ਇੱਕ ਹੋਰ ਸੁਣਿਆ ਗਾ ਕਹਿੰਦੇ ਬਾਰੀਆਂ ਬੂਰੀਆਂ ਵੀ ਖੜ੍ਹ ਬਾਰੀਆਂ ਇਹਦੀਆਂ ਬਾਰੀਆਂ ਆਉਂਦੀ ਹੋਈ ਦੀਆਂ ਖੋਲਾਂਗਾ ਸੀਗਾ ਜੀ ਰਾਹ 'ਚ। ਹਾਂ, ਤੇ ਜੇ ਖੁੱਲ੍ਹ ਗਏ ਇਸ ਤਰ੍ਹਾਂ ਤਾਂ ਮਰੀਜ਼ ਵੀ ਡਿੱਗ ਸਕਦਾ ਕਿਤੇ? ਹਾਂਜੀ ਡਿੱਗ ਸਕਦਾ ਜੀ। ਫਿਰ ਕਿਵੇਂ ਤੁਸੀਂ ਫਿਰ ਤੁਰੇ ਆਉਂਦੇ? ਰੋਕ ਕੇ ਬੰਦ ਕਰ? ਰੋਕ ਕੇ ਕਿ ਮੇਰਾ ਵਾਹਵਾ ਮੈਂ ਮਗਰ ਬੈਠਾ ਸੀ, ਮੈਂ ਨਾਲ ਦੇ ਨਾਲ ਹੀ ਖਿੱਚ ਲਈ ਬਾਰੀ ਆਪਦੇ ਵੱਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।